ਗਾਉਣਾ ਮੈਨੂੰ ਨਹੀਂ ਆਉਂਦਾ ਜੀ, ਬਸ ਇੱਕ ਧੱਕਾ ਹੀ ਲਾਉਣ ਡੇ। ਜਗਰਾਤੇ ਵਾਲੇ ਕਲਾਕਾਰਾਂ ਨੂੰ ਬੱਲੂ ਭਾਜੀ ਨੇ ਇੱਥੇ ਲਿਆ ਕੇ ਖੜੇ ਕਰ ਦਿੱਤਾ। ਗੋਲਡਨ ਸਾਊਂਡ ਮੇਰਾ ਵੱਡਾ ਭਾਜੀ ਰੋਸ਼ਨ, ਇੱਕ ਵਾਰੀ ਬੱਲੂ ਭਾਜੀ ਲਈ ਤਾੜੀ ਮਾਰ ਦਿਓ। ਸਾਡੇ ਸਿਰ ਤੇ ਅੱਜ ਕੱਲ੍ਹ ਤਾਂ ਇਲਜ਼ਾਮ ਬੜੇ ਹੋ ਗਏ, ਤੁਸੀਂ ਮਸ਼ਹੂਰ ਬੜੇ ਹੋ ਗਏ, ਅਸੀਂ ਬਦਨਾਮ ਬੜੇ ਹੋ ਗਏ। ਇਹ ਮੇਰਾ ਭਰਾ ਵੱਡਾ, ਜਦੋਂ ਕਿਤੇ ਮੈਂ ਪ੍ਰੋਗਰਾਮ ਤੇ ਹੋਵਾਂ ਨਾ, ਕਿਤੇ ਬਾਈ ਬੀਜੀ ਹੋਵੇ ਤੇ ਮੈਨੂੰ ਜਾਂਦੇ ਨੂੰ ਦੇਖ ਕੇ ਕਹਿੰਦੇ ਵੀ ਬੱਲੂ ਆ ਗਿਆ, ਤੇ ਜਿੱਥੇ ਗੋਰੇ ਬੱਲੂ ਭਾ ਹੋਵੇ ਨਾ ਉੱਥੇ ਮੈਂ ਨਾਵਾਂ, ਤੇ ਲੋਕੀ ਕਹਿੰਦੇ ਜੋਤੀ ਕਿੱਥੇ ਆ। ਨਫ਼ਰਤੋਂ ਕੇ ਸ਼ਹਿਰ ਮੇ ਚਲਾਕੀ ਹੋ ਕੇ ਡੇਰੇ ਹੈ, ਹਮਾਰੇ ਯਹਾਂ ਪਰ ਵੋ ਲੋਕ ਰਹਤੇ ਹੈ ਜੋ ਤੇਰੇ ਮੂੰਹ ਪਰ ਤੇਰੇ ਹੈ ਔਰ ਮੇਰੇ ਮੂੰਹ ਪਰ। ਜਿਸ ਹਾਲ ਜਿਸ ਜਿਣਾ ਤੂੰ ਖੁਸ਼ੀ ਹੈ ਤੇਰਾ ਦਿਲ ਰਾਜੀ ਸਾਡਾ ਰੱਬ ਰਾਜੀ ਸਾਡਾ ਰੱਬ ਰਾਜੀ ਓ ਹੋ ਨਾ ਫਿਕਰ ਕਰੀ ਬੇ ਫਿਕਰਾਂ ਦਾ ਛੱਡ ਜਿੰਦਣ ਹਾਰਨ ਦੀ ਅਸੀਂ ਹਾਰ ਗਏ ਤਾਂ ਕੀ ਹੋਇਆ ਹੋ ਤੇਰੀ ਜਿੱਤ ਦੀ ਖੁਸ਼ੀ ਮਨਾ ਲਾਂਗੇ ਤੈਨੂੰ ਇਸ ਜਨਮ ਵਿੱਚ ਨਹੀਂ ਪਾਇਆ ਯਾਰਾ ਅਗਲੇ ਜਨਮ ਵਿੱਚ। ਇਹ ਰੂਹ ਦੀਆਂ ਗੱਲਾਂ ਹੁੰਦੀਆਂ, ਜੋੜਨਾ ਬਹੁਤ ਵੱਡੀ ਗੱਲ ਆ, ਤੋੜਨਾ ਉਸ ਤੋਂ ਵੀ ਬਹੁਤ ਵੱਡੀ ਗੱਲ ਆ। ਅੱਜ ਕੱਲ੍ਹ ਜੋੜਨ ਵਾਲੇ ਘੱਟ ਤੇ ਤੋੜਨ ਵਾਲੇ ਜ਼ਿਆਦਾ ਹੁੰਦੇ ਆ। ਬਹੁਤ ਵੱਡਾ ਨਾਂ ਆ ਦਾਤਾ ਅਲਮਸਤ ਬਾਪੂ ਲਾਲ ਬਾਦਸ਼ਾਹ, ਬਾਦਸ਼ਾਹ ਹੋਣਾ ਬਹੁਤ ਵੱਡੀ ਗੱਲ ਆ। ਇਹ ਬਾਦਸ਼ਾਹ ਇੱਕੋ ਹੀ ਆ ਤੇ ਸਾਰੀ ਜ਼ਿੰਦਗੀ ਇੱਕੋ ਹੀ ਰਹਿਣਾ। ਬਾਪੂ ਲਈ ਤਾੜੀ ਮਾਰ ਦਿਓ ਖੁੱਲ ਕੇ। ਰਕਸ਼ੇ ਤੇ ਘੁੰਮਣ ਵਾਲਾ ਸਾਡਾ ਬਾਦਸ਼ਾਹ ਜੀ ਸਾਨੂੰ ਗੱਡੀਆਂ, ਤਾਂ ਅਸੀਂ ਸਾਡਾ ਰੋਜ਼ੀ ਰੋਟੀ ਆ ਸਾਡਾ, ਅਸੀਂ ਪੈਸਾ ਕਮਾ ਰਹੇ ਹਾਂ ਦੀ ਬਦੌਲਤ। ਸੁਜਾਵੇ ਦਿਲਦਾਰ ਤੇ ਨੱਚਣਾ ਪੈਂਦਾ। ਅੰਮ੍ਰਿਤ ਕੌਰ ਗੀਤ ਬਹੁਤ ਅੱਛੀ ਆਵਾਜ਼ ਹੈ ਹਿਮਾਚਲ ਦੀ। ਇੱਕ ਗਾਣਾ ਬੜਾ ਹਿੱਟ ਹੋਇਆ ਸੀ ਹਿਮਾਚਲ ਵਾਲੀ ਹਾਇਓ ਜਿੱਦੀ ਵਾਲੀ, ਮੈਂ ਵੈਸੇ ਕਹਿ ਰਿਹਾ ਆ ਜਾ ਯਾਰ ਦੇ ਦੀਦਾਰ ਓਏ ਆ ਜਾ ਯਾਰ
ਗਿਆ ਦੌੜਦਾ ਮੱਕੇ ਗਿਆ ਗੱਲ ਮੁੱਕਦੀ ਨਾ ਹੀ ਮੁੱਕਦੀ ਨਾ ਭਾਵੇਂ ਸੋ ਸੋ ਜੁਮਾ ਬਣੇ ਆਈਏ ਉਹ ਸਾਡਾ ਦਿੱਲੀ ਜਾਗਰਣ ਸੀਗਾ ਅਸੀਂ ਬੜੇ ਲੇਟ ਨਹੀਂ ਉੱਤਰਾਖੰਡ ਸੀ ਨਾ ਸਾਹਿਬ ਜੀ ਉੱਤਰਾਖੰਡ ਸੀ ਨਾ ਜਾਗਰਣ ਅਸੀਂ ਬੜੇ ਲੇਟ ਹੋ ਗਏ ਅਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਕੁਛ ਉੱਥੇ ਸਾਡੇ ਪੰਜਾਬੀ ਸੀ ਉਹਨਾਂ ਨੂੰ ਪਤਾ ਲੱਗਾ ਵੀ ਨਕੋਦਰ ਤੋਂ ਆਏ ਆ ਜਾਗਰਣ ਕਰਨ ਵਾਸਤੇ ਸਲਾਨਾ ਜਾਗਰਣ ਸੀ ਅਤੇ ਬਾਪੂ ਦੀ ਕਿਰਪਾ ਦੇ ਨਾਲ ਯਕੀਨ ਮੰਨ ਕੇ ਜਾਣੀਓ ਲੋਕ ਦਾਤਿਆਂ ਦੀ ਰਹਿਮਤ ਦੇ ਨਾਲ ਸਾਡੇ ਪੈਰੀ ਪੈਣ ਗਏ ਤੁਸੀਂ ਦੇਖੋ ਕੈਸਾ ਰੁਤਬਾ ਮੇਰੀ ਸਰਕਾਰ ਦਾ ਤਾੜੀ ਮਾਰ ਲਿਓ ਕਸਮ ਰੱਬ ਦੀ ਬਾਪੂ ਦੇ ਨਾਮ ਤੇ ਵਿਕ ਜਾਂਦੇ ਦਰਬਾਰ ਤੇ ਆ ਕੇ ਬਾਪੂ ਨੂੰ ਜ਼ਰੂਰ ਦੱਸਿਆ ਕਰੋ ਜਦੋਂ ਕੋਈ ਦੁੱਖ ਤਕਲੀਫ ਹੋਵੇ ਕਹਿੰਦਾ ਹਮੇ ਗਮ ਜ਼ਿਆਦਾ ਦੇਖ ਕਰ ਬੋਜੂ ਬੋਲੇ ਕਿ ਦੁਖੀ ਹਾਂ ਮੈਂ ਸਰਕਾਰ ਦੇ ਕੋਲ ਆਇਆ ਕੀ ਕਹਿੰਦਾ